ਕੋਰੋਨਾ ਵਾਇਰਸ ਕਰਕੇ ਪੂਰਾ ਭਾਰਤ ਲੋਕਡਾਊਨ ਕੀਤਾ ਗਿਆ ਹੈ। ਉਸੇ ਤਰ੍ਹਾਂ ਹੀ ਪੰਜਾਬ ਵੀ ਪੂਰੀ ਤਰ੍ਹਾਂ ਲੋਕਡਾਊਨ ਹੈ, ਪਰ ਕੁਝ ਲੋਕ ਹਜੇ ਵੀ ਨਹੀਂ ਮੰਨਦੇ, ਜਿਸ ਕਰਕੇ ਪੰਜਾਬ ਪੁਲਿਸ ਨੇ ਉਹਨਾਂ ਨੂੰ ਸਮਝਾਉਣ ਲਈ ਕੁਝ ਆਪਣੇ ਹੀ ਪੈਂਤਰੇ ਇਸਤੇਮਾਲ ਕੀਤੇ ਨੇ ਅਤੇ ਕੁਝ ਲੋਕਾਂ ਦੇ ਚਲਾਨ ਵੀ ਕੱਟੇ ਨੇ। ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੀ ਅਪੀਲ ਇਹੀ ਹੈ ਕਿ ਤੁਸੀਂ ਆਪਣੇ ਘਰਾਂ ਵਿੱਚ ਰਹੋ ਤਾਂ ਕਰ ਕੋਰੋਨਾ ਵਾਇਰਸ ਨੂੰ ਵਧਣ ਤੋਂ ਰੋਕਿਆ ਜਾ ਸਕੇ। ਸਾਡੇ ਵੱਲੋਂ ਵੀ ਇਹੀ ਅਪੀਲ ਹੈ ਕਿ ਤੁਸੀਂ ਆਪਣੇ ਆਪ ਨੂੰ ਘਰ ਹੀ ਰੱਖੋ ਤਾਂ ਕਰ ਕੋਰੋਨਾ ਵਾਇਰਸ ਨੂੰ ਰੋਕਿਆ ਜਾ ਸਕੇ। ਖੜ ਤੂੰ ਸੈਂਟਰ ਤੂੰ ਖੜ, ਹੁਣ ਡਾਂਗ ਖਾਣੀ ਹੈ ਕਿ ਜੋ ਸਾਹਮਣੇ ਖੜੇ ਦੇ ਡਾਂਗ ਖਾਣੀ ਹੈ ਕਿ ਬੰਦਾ ਕੰਨ ਫੜ ਲਓ। ਕਰਫਿਊ ਕੀ ਹੁੰਦਾ ਤੁਹਾਨੂੰ ਪਤਾ? ਡੰਡ ਬੈਠ ਮਾਰੋ, ਪੰਜ ਪੰਜ ਮਤਲਬ ਪੰਜ ਪੰਜ ਖਾਣੀ ਗਿਣਤੀ ਪਾਈ ਮਾਰੋ, ਮਾਰ ਤੂੰ ਡੰਡ ਬੈਠ ਮਾਰ। ਕਰਫਿਊ ਦਾ ਮਤਲਬ ਤੁਹਾਨੂੰ ਕੀ ਹੁੰਦਾ? ਬੋਲਦੇ ਹੋ ਨਾਲ ਦੱਸੋ ਕਰਫਿਊ ਦਾ ਮਤਲਬ ਕੀ ਹੁੰਦਾ? ਬੰਦ ਬੰਦ ਹੋਣਾ, ਤੁਸੀਂ ਬੰਦ ਕਰੋਗੇ, ਗਲਤੀ ਕਰੋਗੇ, ਗਲਤੀ ਹਾਂ ਬੋਲੋਗੇ। ਚੱਲ ਚੱਲ ਬੰਦ ਕਰ, ਚੱਲ ਬੰਦ ਕਰ, ਚਲੋ ਮੈਨੂੰ ਕਰਫਿਊ ਦਾ ਮਤਲਬ ਕੀ ਹੁੰਦਾ? ਕਰੋ ਜੀ।